ਫਰੀਦਕੋਟ ਦਾ ਜੈਤੋ ਜੋ ਕਿ ਵਿਕਾਸ ਪੱਖੋਂ ਜੇਕਰ ਗੱਲ ਕੀਤੀ ਜਾਵੇ ਹਮੇਸ਼ਾ ਹੀ ਪਛੜਾ ਨਜ਼ਰ ਆਇਆ ਹੈ। ਬੇਸ਼ੱਕ ਇੱਥੋਂ ਜੋ ਵੱਡੇ ਲੀਡਰ ਵੀ ਨਿਕਲ ਕੇ ਸਾਹਮਣੇ ਆਏ ਨੇ, ਇਸ ਤੋਂ ਪਹਿਲਾਂ ਜੋ ਹੈ ਜਗਿੰਦਰ ਸਿੰਘ ਪੰਜਗਰਾਈ ਜੋ ਨੇ ਉਹਨਾਂ ਨੇ ਕਾਂਗਰਸ ਦਾ ਸਾਥ ਛੱਡ ਕੇ ਜੋ ਹੈ ਅਕਾਲੀ ਦਲ ਦਾ ਪੱਲਾ ਫੜ ਲਿਆ ਹੈ। ਅਤੇ ਹੁਣ ਜੋ ਸਮਾਚਾਰ ਸਾਹਮਣੇ ਆਇਆ ਹੈ, ਮਾਸਟਰ ਬਲਦੇਵ ਜੋ ਕਿ ਆਮ ਆਦਮੀ ਪਾਰਟੀ ਤੋਂ ਵੱਡੀ ਜਿੱਤ ਉਹਨਾਂ ਨੇ ਇੱਥੋਂ ਹਾਸਲ ਕੀਤੀ ਸੀ, ਲੋਕਾਂ ਨੇ ਭਰੋਸਾ ਜਿਤਾਇਆ ਸੀ ਉਹਨਾਂ 'ਤੇ, ਉਹਨਾਂ ਨੂੰ ਛੱਡ ਕੇ ਅੱਜ ਜੋ ਹੈ ਉਹਨਾਂ ਨੇ ਅਸਤੀਫਾ ਦਿੱਤਾ ਹੈ ਮੁੱਢਲੀ ਮੈਂਬਰਸ਼ਿਪ ਤੋਂ। ਸਾਡਾ ਜੈਤੋ ਦੇ ਲੋਕ ਮੌਜੂਦ ਨੇ, ਜਾਣਦੇ ਹਾਂ ਸਰ ਕੀ ਨਾਮ ਹੈ ਤੁਹਾਡਾ? ਮੇਰਾ ਨਾਂ ਜੀ ਗੁਰਭੇਜ ਸਿੰਘ ਖਾਲਸਾ ਪਿੰਡ। ਖਾਲਸਾ ਜੀ, ਕੀ ਮੰਨਦੇ ਹੋ ਜੋ ਮਾਸਟਰ ਬਲਦੇਵ ਨੇ ਫੈਸਲਾ ਲਿਆ, ਕੀ ਉਹ ਸਹੀ ਹੈ? ਨਹੀਂ ਜੀ, ਗਲਤ ਮੰਨਦੇ ਜੀ ਅਸੀਂ ਤਾਂ ਫੈਸਲਾ, ਇਹ ਬਿਲਕੁਲ ਗਲਤ ਆ। ਉਹਨਾਂ ਨੇ ਆਪਦੇ 5-7 ਕੁ ਬੰਦੇ ਸੱਦ ਕੇ ਅਤੇ ਇਹ ਇੱਕਦਮ ਫੈਸਲਾ ਲੈ ਲਿਆ ਵੀ ਅਸੀਂ ਪਾਰਟੀ ਛੱਡੀ ਹੈ, ਅਤੇ ਇਹ ਚੰਗੀ ਗੱਲ ਨਹੀਂ। ਲੋਕਾਂ ਨੇ ਜਿਤਾਇਆ ਸੀ, ਉਹਨੇ ਪਿੰਡ ਪਿੰਡ ਜਾਣਾ ਸੀ, ਹਰ ਕਿਉਂ ਸਾਡੇ 47 ਪਿੰਡ ਆ ਜੈਤੋ ਹਲਕੇ ਦੇ, 47-48 ਹਰੇਕ ਪਿੰਡ ਦੇ ਵਿੱਚ ਉਹਨੇ 5-4 ਬੰਦੇ ਲੈਣੇ ਸੀਗੇ ਤਾਂ ਫਿਰ ਫੈਸਲਾ ਕਰਨਾ ਸੀ। ਇਹ ਗਲਤ ਆ ਜੀ, ਬਹੁਤ ਜ਼ਿਆਦਾ ਗਲਤੀ ਆ ਉਹਨਾਂ ਦੀ। ਕੀ ਮੰਨਦੇ ਹੋ ਜਦੋਂ ਆਮ ਆਦਮੀ ਪਾਰਟੀ ਜਿੱਤੇ ਉਦੋਂ ਕੀ ਸੁਪਨੇ ਲੈ ਕੇ ਚੱਲੇ ਤੁਸੀਂ? ਉਦੋਂ ਸੁਪਨੇ ਲਏ ਸੀਗੇ ਜੀ ਲੋਕਾਂ ਨੂੰ, ਸੀਗਾ ਵੀ ਕੇਜਰੀਵਾਲ ਸਾਹਿਬ ਆਏ ਆ, ਕੋਈ ਚੰਗਾ ਕੰਮ ਕਰਨਗੇ ਪੰਜਾਬ ਦੇ ਵਿੱਚ ਵੀ। ਉਹਦੀ ਸੋਚ ਨੂੰ ਵੇਖ ਕੇ ਉਹਨਾਂ ਨੂੰ ਟਿਕਟ ਮਿਲੀ ਸੀ ਆਮ ਆਦਮੀ ਪਾਰਟੀ ਵੱਲੋਂ, ਅਤੇ ਲੋਕਾਂ ਨੇ ਜਿਤਾਇਆ ਸੀ ਪੂਰਾ 10-12 ਹਜ਼ਾਰ ਵੋਟ 'ਤੇ ਉਹਨਾਂ ਨੂੰ ਜਿਤਾਇਆ ਸੀ ਵੀ ਸੁਪਨੇ ਸੋਹਣੇ ਵੇਖੇ ਸੀ ਵੀ ਸ਼ਾਇਦ ਐਤਕੀ ਆਮ ਆਦਮੀ ਪਾਰਟੀ ਦੀ ਸਰਕਾਰ ਆਊਗੀ ਅਤੇ ਆਪਣਾ MLA ਵੀ ਆਮ ਆਦਮੀ ਪਾਰਟੀ ਦਾ ਜਿਤਾਵਾਂਗੇ। ਚਲੋ ਸਾਡੀ ਤਾਂ ਏਰੀਏ ਦੀ ਇਲਾਕੇ ਦੀ ਕਿਸਮਤ ਹੀ ਮਾੜੀ ਆ ਵੀ ਪਾਰਟੀ ਹੋਰ ਜਿੱਤ ਜਾਂਦੀ ਹੈ ਜੀ ਅਤੇ MLA ਕਿਸੇ ਦਾ ਹੋਰ ਜਿਤਾ ਦਿੰਦੇ ਅਸੀਂ। ਇਹ ਸਾਡੇ ਨਾਲ ਕਾਫੀ ਚਿਰ ਦਾ ਵਿਤਕਰਾ ਹੁੰਦਾ ਆ ਰਿਹਾ ਜੀ, 3-4 ਇਲੈਕਸ਼ਨਾਂ ਹੋ ਗਈਆਂ ਇਹ। ਸਰ ਤੁਹਾਡਾ ਕੀ ਨਾਮ ਹੈ ਜੀ? ਸੋਹਣ ਸਿੰਘ ਹੈ ਜੀ। ਸੋਹਣ ਸਿੰਘ ਜੀ, ਕੀ ਮੰਨਦੇ ਹੋ ਜਿਸ ਤਰ੍ਹਾਂ ਕਿ ਰਾਜਨੀਤੀ ਜੇਕਰ ਗੱਲ ਇਕੱਲੇ ਆਪਾਂ ਜੈਤੋ ਦੀ ਗੱਲ ਕਰੀਏ, ਜੋਗਿੰਦਰ ਪੰਜਗਰਾਈ ਜੀ ਦੀ ਗੱਲ ਕਰੀਏ, ਜਾਂ ਫਿਰ ਹੁਣ ਮਾਸਟਰ ਬਲਦੇਵ ਦੀ ਗੱਲ ਕਰੀਏ, ਕਿ ਜੈਤੋ ਨੂੰ ਕਿੱਥੇ ਖੜਾ ਮੰਨਦੇ ਹੋ? ਜੈਤੋ ਨੂੰ ਤਾਂ ਐਂ ਜੀ, ਹਰ ਬੰਦਾ ਆਸ ਰੱਖਦਾ ਹੈ ਜਦੋਂ ਅਸੀਂ ਵੋਟਾਂ ਪਾਉਂਦੇ ਹਾਂ, ਉਦੋਂ ਸਾਨੂੰ ਆਸ ਹੁੰਦੀ ਹੈ ਵੀ ਇਹ ਸਾਡਾ ਨੁਮਾਇੰਦਾ ਜਿੱਤ ਕੇ ਜਾਊਗਾ, ਸਾਨੂੰ ਸਾਡੇ ਇਹ ਇਲਾਕੇ ਦਾ ਵਿਕਾਸ ਕਰੂਗਾ। ਅਤੇ ਪਰ ਜਦੋਂ ਇੱਥੋਂ ਨੁਮਾਇੰਦਾ ਜਿੱਤ ਕੇ ਜਾਂਦਾ, ਮੁੜ ਕੇ ਉਹਦਾ ਸਾਨੂੰ ਦਾ ਮੂੰਹ ਹੀ ਨਹੀਂ ਵਿਖਾਉਂਦਾ। ਹਰ ਨਾਲ ਇਹ ਗੱਲ ਪਹਿਲਾਂ ਰਿਪਜੀਤ ਜਿੱਤ ਕੇ ਇੱਥੋਂ ਗਿਆ ਸੀ ਕਾਂਗਰਸ 'ਚੋਂ, ਉਹਨੇ ਮੂੰਹ ਨਹੀਂ ਵਿਖਾਇਆ ਸੀ। ਮੁੜ ਕੇ ਪਹਿਲਾਂ ਉਦੋਂ ਪਹਿਲਾਂ ਜਗਮੀਤ ਬਰਾੜ, ਬਹੁਤ ਪੁਰਾਣੀ ਗੱਲ ਆ, ਉਹ ਜਿੱਤ ਕੇ ਗਿਆ, ਉਹਨੇ ਮੂੰਹ ਨਹੀਂ ਵਿਖਾਇਆ ਸੀ। ਉਸ ਤੋਂ ਬਾਅਦ ਹੁਣ ਇਹ ਜਿੱਤ ਕੇ ਗਏ, ਇਹਨਾਂ ਨਾਲ ਜੇ ਗੱਲ ਹੁੰਦੀ ਹੈ ਤਾਂ ਇਹ ਗੱਲ ਇਹ ਕਹਿ ਦਿੰਦੇ ਵੀ ਸਾਡੇ ਤਾਂ ਪੱਲੇ ਹੀ ਕੁਛ ਨਹੀਂ, ਸਾਨੂੰ ਉੱਤੋਂ ਹੀ ਕੁਛ ਨਹੀਂ ਮਿਲਦਾ, ਅਤੇ ਫਿਰ ਜਦੋਂ ਉਹਨਾਂ ਨੂੰ ਕੁਛ ਨਹੀਂ ਮਿਲਦਾ ਫਿਰ ਸਾਨੂੰ ਵੀ ਕੀ ਮਿਲੇ? ਅਤੇ ਜਦੋਂ ਦਲ ਬਦਲ ਕੇ ਚਲਾ ਜਾਂਦਾ ਉਦੋਂ ਬੰਦੇ ਦੇ ਪੱਲੇ ਕੱਖ ਨਹੀਂ ਰਹਿੰਦਾ, ਫਿਰ ਜੋ ਦਲ ਹੀ ਬਦਲ ਗਿਆ ਉਦੋਂ ਤਾਂ ਫਿਰ ਉਦੋਂ ਵੋਟਰ ਕੀ ਆਸ ਰੱਖੂਗਾ? ਵੋਟਰ ਤਾਂ ਹੁਣ ਆਮ ਆਦਮੀ ਨੂੰ ਵੋਟ ਪਾਈ ਉਹਨੇ, ਜੇ ਉਹ ਬਦਲ ਕੇ ਕਿਸੇ ਹੋਰ ਪਾਰਟੀ 'ਚ ਚਲਾ ਗਿਆ ਤਾਂ ਉਹਦੇ ਪੱਲੇ ਤਾਂ ਵੋਟਰ ਦੇ ਪੱਲੇ ਤਾਂ ਕੱਖ ਨਹੀਂ ਰਿਹਾ। ਤੁਸੀਂ ਨਾਰਾਜ਼ ਹੋ ਉਹਨਾਂ ਦੇ ਇਸ ਫੈਸਲੇ ਤੋਂ? ਅਸੀਂ ਤਾਂ ਨਾਰਾਜ਼ ਹੀ ਹਾਂ ਜੀ, ਅਸੀਂ ਕਿਉਂ ਖੁਸ਼ ਹਾਂ? ਸਰ ਕੀ ਨਾਮ ਹੈ ਤੁਹਾਡਾ? ਨਾਂ ਜੋਗਿੰਦਰ ਸਿੰਘ ਜੀ। ਜੋਗਿੰਦਰ ਜੀ, ਜਿਹੜਾ ਇੱਕ ਆਮ ਆਦਮੀ ਪਾਰਟੀ ਤੋਂ ਵਿਧਾਇਕ ਸੀਗੇ ਇੱਥੇ ਮਾਸਟਰ ਬਲਦੇਵ ਜੀ, ਉਹਨਾਂ ਨੇ ਪਾਰਟੀ ਦੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ, ਕੀ ਮੰਨਦੇ, ਸਹੀ ਕੀਤਾ ਗਲਤ ਕੀਤਾ ਉਹਨਾਂ ਨੇ? ਮਾੜਾ ਕੀਤਾ, ਗਲਤ ਕੀਤਾ, ਚੰਗਾ ਨਹੀਂ ਕੀਤਾ। ਪਾਰਟੀ ਨੇ ਜਿਤਾਇਆ ਸੀ, ਪਾਰਟੀ ਵਿੱਚ ਰਹਿਣਾ ਚਾਹੀਦਾ ਉਹਨਾਂ ਨੂੰ, ਅਤੇ ਕੰਮ ਠੀਕ ਕਰਦੇ, ਕੰਮ ਵਧੀਆ ਕਰੀ ਜਾਂਦੇ, ਅਤੇ ਪਾਰਟੀ 'ਚ ਰਹਿਣਾ ਚਾਹੀਦਾ। ਹੁਣ ਜੋ ਖਹਿਰਾ ਨੇ ਨਵੀਂ ਪਾਰਟੀ ਖੜੀ ਕੀਤੀ ਹੈ, ਆਪਦੇ ਕੁਛ ਬੰਦੇ ਰਲਾਏ ਹੈ, ਹੁਣ ਮਾਸਟਰ ਬਲਦੇਵ ਦੀ ਗੱਲ ਕੀਤੀ ਜਾਵੇ ਤਾਂ ਜੈਤੋ ਵਾਸਤੇ ਕੀ ਮੰਨਦੇ ਹੋ? ਸਹੀ ਸੀ ਜੋ ਸੁਪਨਾ ਜਦੋਂ ਜਿੱਤੇ ਸੀਗੇ, ਉਹ ਕੀ ਸੁਪਨਾ ਸੀ ਤੁਹਾਡਾ ਉਦੋਂ? ਸੁਪਨਾ ਚੰਗਾ ਵਧੀਆ ਸੀ, ਇਹ ਸੀ ਵੀ ਬੰਦਾ ਨਵਾਂ ਜਿੱਤਿਆ, ਨਵੀਂ ਪਾਰਟੀ ਹੈ ਅਤੇ ਕੰਮ ਕਰੇਗਾ, ਪਰ ਉਹ ਇੰਨਾ ਬੜਾ ਉਹਨੇ ਕੀਤਾ ਨਹੀਂ। ਸਰ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਧਰਮਪਾਲ ਪੁੰਨੀ। ਸਰ ਕੀ ਮੰਨਦੇ ਹੋ ਜੋ ਮਾਸਟਰ ਬਲਦੇਵ ਨੇ ਅਸਤੀਫਾ ਦਿੱਤਾ, ਸਹੀ ਕੀਤਾ? ਨਹੀਂ, ਸਹੀ ਨਹੀਂ ਕੀਤਾ ਜੀ, ਲੋਕਾਂ ਨਾਲ ਧੋਖਾ ਕੀਤਾ। ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸੀ, ਇਹ ਹੁਣ ਖਹਿਰਿਆਂ ਰਲੇ ਫਿਰਦੇ, ਗਲਤ ਕੰਮ ਇਹਦੇ ਵਾਸਤੇ, ਲੋਕਾਂ ਦਾ ਵਿਸ਼ਵਾਸ ਟੁੱਟਦਾ ਇਸ ਗੱਲ ਨਾਲ, ਦੁਬਾਰਾ ਵੋਟਾਂ ਨਹੀਂ ਲੈ ਪੈਣਗੀਆਂ ਜੇ ਇਹ ਕੰਮ ਕਰੂਗਾ ਤਾਂ। ਕੀ ਮੰਨਦੇ ਹੁਣ ਕੁਛ ਭਵਿੱਖ ਰਹੇਗਾ ਉਹਨਾਂ ਦਾ ਰਾਜਨੀਤੀ 'ਚ? ਬਿਲਕੁਲ ਖਤਮ ਹੋ ਗਿਆ ਜੀ, ਡੈਡ ਪੂਰੀ ਤਰ੍ਹਾਂ, ਕੁਛ ਫਾਇਦਾ ਨਹੀਂ ਉਹਨਾਂ ਨੂੰ ਹੁਣ ਆਉਣਾ ਇੱਥੇ। ਜਿਹੜੀਆਂ ਉਮੀਦਾਂ ਸੀਗੀਆਂ ਉਹਨਾਂ ਤੋਂ, ਕੀ ਕਿਤੇ ਨਾ ਕਿਤੇ ਕੁਛ ਖਰੇ ਉਤਰੇ ਉਹਨਾਂ ਤੱਕ ਨਹੀਂ ਉਤਰੇ? ਬਿਲਕੁਲ, ਇਹਨਾਂ ਦੇ ਜਿਉਂ ਜਿੱਤੇ ਜੈਤੋ ਹੀ ਨਹੀਂ ਆਉਂਦੇ ਸੀ, ਬਿਲਕੁਲ ਵੀ ਕਿਤੇ ਕਿਤੇ ਗੇੜਾ ਮਾਰਦੇ ਜੈਤੋ, ਲੋਕਾਂ ਦਾ ਐਂ ਸੀ ਜਿੱਥੋਂ ਭਗੌੜਾ ਕਰਾਰ ਦੇਣ ਵਾਲੀ ਗੱਲ ਹੋਈ ਸੀ, ਫਿਰ ਨਹੀਂ ਸੀ ਇੱਥੇ, ਆਉਂਦੇ ਨਹੀਂ ਸੀ ਇੱਥੇ ਉਹ। ਤਾਂ ਕੁੱਲ ਮਿਲਾ ਕੇ ਜੋ ਹੈ ਵਿਕਾਸ ਦੀ ਗੱਲ ਕੀਤੀ ਜਾਵੇ ਤਾਂ ਲੋਕਾਂ ਦੇ ਮਨ 'ਚ ਨਾਰਾਜ਼ਗੀ ਹੈ, ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਇੱਥੇ ਕਦੇ ਕਦਾਰ ਹੀ ਆਉਂਦੇ ਸੀਗੇ, ਪਰ ਵਿਕਾਸ ਦੀ ਗੱਲ ਕੀਤੀ ਜਾਵੇ, ਵਿਕਾਸ ਦੀ ਗੱਲ ਕੀਤੀ ਜਾਵੇ ਤਾਂ ਜੈਤੋ ਅੱਜ ਵੀ ਪਛੜਿਆ ਹੋਇਆ ਹੈ ਅਤੇ ਲੋਕਾਂ ਦੇ ਵਿੱਚ ਨਾਰਾਜ਼ਗੀ ਜ਼ਰੂਰ ਹੈ। ਉਹਨਾਂ ਨੇ ਕਿਹਾ ਕਿ ਜਿਸ ਪਾਰਟੀ ਨੇ ਉਹਨਾਂ ਨੂੰ ਜਿਤਾਇਆ ਹੈ ਉਸ ਪਾਰਟੀ ਤੋਂ ਉਹਨਾਂ ਨੂੰ ਅਸਤੀਫਾ ਨਹੀਂ ਦੇਣਾ ਚਾਹੀਦਾ ਸੀਗਾ। ਜੈਤੋ ਦਾ ਕੈਮਰਾ ਪਰਸਨ ਰਾਜੇਸ਼ ਦੇ ਨਾਲ ਸੂਰਜ ਪ੍ਰਕਾਸ਼, ਦੈਨਿਕ ਸਵੇਰਾ TV।